ਓਏ ਹੋਏ ਹੋਏ, ਅੱਜ ਕੱਲ੍ਹ ਕੇਐਲ ਸ਼ਹਿਰ ਦੇ ਵਿੱਚ ਇੰਨਾ ਮੀਂਹ ਪੈਣ ਲੱਗ ਪਿਆ। ਪਰ ਦੋਸਤੋ, ਮੀਂਹ ਪਵੇ ਜਾਂ ਨਾ ਪਵੇ, ਮੈਂ ਤਾਂ ਗਰਮਾ ਗਰਮ ਪੰਜਾਬੀਆਂ ਦਾ ਖਾਣਾ ਖਾ ਕੇ ਰਹੂੰਗਾ। ਇਸ ਕਰਕੇ ਅੱਜ ਆਪਾਂ ਆਏ ਹੋਏ ਹਾਂ ਰੋਇਲ ਦਰਬਾਰ ਰੈਸਟੋਰੈਂਟ ਦੇ ਵਿੱਚ। ਤਾਂ ਚਲੋ ਦੋਸਤੋ, ਅੱਜ ਆਪਾਂ ਜਾ ਕੇ ਵੇਖਦੇ ਹਾਂ ਇਸ ਦਰਬਾਰ ਦੇ ਵਿੱਚ, ਰੋਇਲ ਦਰਬਾਰ ਦੇ ਵਿੱਚ ਸਾਡੇ ਲਈ ਕਿਸ ਤਰ੍ਹਾਂ ਦਾ ਖਾਣਾ ਪੇਸ਼ ਕੀਤਾ ਜਾਂਦਾ। ਠੰਡੇ ਠੰਡੇ ਮੌਸਮ 'ਚ ਗਰਮਾ ਗਰਮ ਖਾਣਾ, ਓਏ ਹੋਏ ਹੋਏ ਹੋਏ। ਚਲੋ ਭਾਜੀ, ਪਹਿਲੀ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਨੂੰ ਤੁਹਾਡੇ ਇਸ ਰੋਇਲ ਦਰਬਾਰ ਦੇ ਵਿੱਚ ਸੱਦਿਆ। ਥੈਂਕ ਯੂ, ਸ਼ੁਕਰੀਆ ਜੀ ਆਇਆਂ ਨੂੰ। ਥੈਂਕ ਯੂ ਭਾਜੀ, ਥੈਂਕ ਯੂ। ਸੋ ਭਾਜੀ, ਤੁਸੀਂ ਸਾਨੂੰ ਦੱਸੋ, ਤੁਸੀਂ ਅੱਜ ਤੁਹਾਡੇ ਇਸ ਦਰਬਾਰ ਦੇ ਵਿੱਚ ਤੁਸੀਂ ਖਾਣ ਵਾਸਤੇ ਕੀ ਤਿਆਰ ਕੀਤਾ? ਖਾਣ ਵਾਸਤੇ ਸਾਡੇ ਕੋਲ ਕਾਫੀ ਚੀਜ਼ ਹੈ, ਬਟ ਆਈ ਵਿਲ ਜਸਟ ਸ਼ੋਅ ਯੂ ਨਾਓ। ਅੱਜ ਆਪਕੇ ਲਈ ਖਾਣਾ ਪੇਸ਼ ਕਰੇਗੇ, ਚਲੋ ਆਪ ਸੀਧਾ ਟਰਾਈ ਕਰ ਲਓ ਔਰ ਦੇਖ ਕੇ। ਮਿੱਠੇ ਮੇਂ ਗੁਲਾਬ ਜਾਮੁਨ ਹੈ। ਓਏ ਹੋਏ ਹੋਏ, ਗੁਲਾਬ ਜਾਮੁਨ! ਦੈਨ ਵੀ ਹੈਵ ਬਟਰ ਚਿਕਨ, ਸਿਗਨੇਚਰ ਡਿਸ਼। ਮੈਂ ਕਹਿੰਦਾ ਨਾ, ਚਿਕਨ ਬਿਰਿਆਨੀ, ਦਿਸ ਇਜ਼ ਆਵਰ ਦਾਲ ਤੜਕਾ, ਸੋ ਦਿਸ ਇਜ਼ ਆਵਰ ਫੇਮਸ ਮਟਨ ਸੀਖ ਕਬਾਬ। ਓਏ, ਇਹ ਤਾਂ ਲੱਗਦਾ ਜਿਵੇਂ ਸੀਜ਼ਨ ਟਾਕੂ ਦਾ, ਪਰ ਹਾਂਜੀ ਉਹਦੇ ਉੱਤੇ ਮਟਨ ਸਾਰਾ। ਹਾਂਜੀ ਉਹਦੇ ਉੱਤੇ ਮਟਨ ਸਾਰਾ। ਬਹੁਤ ਵਧੀਆ ਭਾਜੀ, ਬਹੁਤ ਵਧੀਆ। ਇਹ ਤਾਂ ਪੂਰਾ ਦਰਬਾਰ ਦਾ ਖਾਣਾ, ਜਿਵੇਂ ਰਾਜਾ ਮਹਾਰਾਜਾ ਖਾਂਦੇ ਇਸ ਤਰ੍ਹਾਂ ਖਾਂਦੇ। ਬੱਲੇ ਹਾਂਜੀ ਬੱਲੇ। ਆਵਰ ਸਪੈਸ਼ਲਟੀ ਇੱਥੇ ਹੈਗਾ ਸਾਡਾ ਬਟਰ ਚਿਕਨ। ਹਾਂਜੀ, ਬਿਕੋਜ਼ ਸਾਡਾ ਬਟਰ ਚਿਕਨ ਅਸੀਂ ਅਮੂਲ ਘੀ ਤੋਂ ਬਣਾਉਂਦੇ, ਵੈਰੀ ਗੁੱਡ ਫੋਰ ਹੈਲਥ। ਦ ਇਨਗਰੀਡੀਅੰਟ ਇਨ ਦਿਸ ਬਟਰ ਇਟਸ ਮਚ ਮੋਰ ਹੈਲਥੀ, ਪਲੱਸ ਦ ਟੇਸਟ ਇਟਸ ਵੈਰੀ ਇੰਟੈਂਸ। ਅੱਛਾ, ਯਾ, ਐਂਡ ਪਲੱਸ ਫੋਰ ਦ ਚਿਕਨ ਐਸ ਵੈਲ, ਜਦੋਂ ਬਟਰ ਚਿਕਨ ਪ੍ਰਿਪੇਅਰ ਕਰਦੇ ਨਾ, ਪਹਿਲਾਂ ਅਸੀਂ ਇਹਨੂੰ ਤੰਦੂਰ 'ਚ ਪਾਉਂਦੇ, ਪਹਿਲੇ ਤੰਦੂਰ 'ਚ ਪਾਉਂਦੇ, ਸੋ ਵੀ ਗੈਟ ਦੈਟ ਸਮੋਕੀ ਫਲੇਵਰ। ਅੱਛਾ, ਉਹ ਸੀਕਰਟ ਹੈ ਕਿ ਸਮੋਕੀ ਫਲੇਵਰ ਫਸਟ ਜਿਹੜਾ ਤੁਸੀਂ ਤਿਆਰ ਕਰਦੇ ਹੋ, ਪਹਿਲਾਂ ਤੰਦੂਰ 'ਚ ਪਾਉਂਦੇ ਆ, ਹਾਂਜੀ, ਫਿਰ ਗ੍ਰੇਵੀ ਦੇ ਨਾਲ, ਯਾ, ਬੇਸ ਵਿਦ ਦ ਟੋਮੈਟੋ ਗ੍ਰੇਵੀ। ਅੱਛਾ, ਉਹ ਟੋਮੈਟੋ ਗ੍ਰੇਵੀ, ਇਸ ਕਰਕੇ ਉਹਦਾ ਰੰਗ ਵੀ ਸੋਹਣਾ ਲੱਗਦਾ। ਹਾਂਜੀ ਹਾਂਜੀ, ਬਹੁਤ ਵਧੀਆ ਭਾਜੀ। ਅਤੇ ਮੈਂ ਦੇਖਿਆ ਤੁਹਾਡਾ ਬਿਰਿਆਨੀ ਵੀ ਬੜਾ ਹੀ ਹੈ। ਸਾਡਾ ਐਕਚੁਅਲੀ ਬਿਰਿਆਨੀ ਵੀ ਹੈ ਯੂਜਿੰਗ ਵਨ ਆਫ ਦ ਬੈਸਟ ਕੁਆਲਿਟੀ ਰਾਈਸ। ਅੱਛਾ, ਓਕੇ, ਸੋ ਐਂਡ ਯੂ ਸੀ ਇਟਸ ਅ ਫ੍ਰੇਗਰੈਂਸ ਬਾਸਮਤੀ ਰਾਈਸ, ਐਂਡ ਆਲਸੋ ਆਲ ਦ ਮਸਾਲਾ ਇਜ਼ ਹੋਮਮੇਡ, ਵੀ ਡੂ ਨਾਟ ਯੂਜ਼ ਐਨੀ ਰੈਡੀਮੇਡ ਮਸਾਲਾ, ਇਟਸ ਮੋਸਟ ਆਫ ਇਟ ਦੈਟ ਵੀ ਯੂਜਿੰਗ ਇਜ਼ ਦ ਹੋਮਮੇਡ ਮਸਾਲਾ, ਐਂਡ ਵੀ ਬਲੈਂਡ ਇਟ ਓਵਰ ਹੇਅਰ ਇਟਸੈਲਫ। Total for the biryani we need at least a good 1.5 hours to 2 hours. 1 ghanta ya 2 ghante? Yeah, because we make in quite a good batch, so we will need that much of time. Teh ek ya bhaji, eh sada dal tadka, think it's not watery. So tusi ede ch vi amul da butter vartde? No, for this we use ghee, pure desi ghee. Balle balle, haan ji. ਇਹ ਹੈਗਾ ਸਾਡਾ ਮਟਨ ਸੀਖ ਕਬਾਬ, ਜਿਹੜਾ ਰੋਇਲ ਦਰਬਾਰ 'ਚ। ਸੀਖ ਦਾ ਮਤਲਬ ਕੀ ਆ? ਸੀਖ ਦਾ ਮਤਲਬ ਹੈਗਾ, ਉਹ ਛੋਟਾ ਜਿਹਾ ਲੋਹੇ ਦਾ ਡੰਡਾ ਹੁੰਦਾ ਹੈ, ਮਟਨ ਮੀਟ, ਮਿੰਸ ਮੀਟ। ਹਾਂਜੀ, ਉਹਦੇ ਵਿੱਚ ਮੈਰੀਨੇਟ ਕਰਕੇ ਪੂਰਾ ਫੁੱਲ ਸਟਾਰ ਇੰਡੀਅਨ ਮੈਰੀਨੇਸ਼ਨ ਕਰਕੇ, ਫਿਰ ਉਹਦੇ ਵਿੱਚ ਪਾ ਕੇ ਦੈਨ ਤੰਦੂਰ ਦੇ ਵਿੱਚ ਪਾਉਣਾ। ਕਿੰਨਾ ਕੁ ਚਿਰ ਲੱਗਦਾ ਤੰਦੂਰ ਦੇ ਵਿੱਚ? ਕਮ ਸੇ ਕਮ ਸਾਡਾ 8 ਮਿੰਟ ਲੱਗ ਜਾਂਦਾ, ਫਿਰ ਇਸ ਤਰ੍ਹਾਂ ਬਣ ਜਾਂਦਾ। ਦੈਨ ਅਸੀਂ ਕਿਹਦੇ ਨਾਲ ਵੀ ਖਾ ਸਕਦੇ ਹਾਂ, ਜਾਂ ਤੁਸੀਂ ਨੋਰਮਲੀ ਆਲਸੋ ਯੂ ਵਾਂਟ ਹੈਵ ਇਟ, ਯੂ ਕੈਨ ਹੈਵ ਇਟ ਰੋਟੀ ਨਾਲ ਵੀ ਖਾ ਸਕਦੇ, ਰੋਟੀ ਨਾਲ ਖਾ ਸਕਦੇ, ਚਾਵਲ ਨਾਲ ਖਾ ਸਕਦੇ, ਤੁਹਾਡੇ ਬਿਰਿਆਨੀ ਨਾਲ ਵੀ ਖਾ ਸਕਦੇ। ਵੇਖ ਲਾ ਦੋਸਤੋ, ਇੰਨਾ ਕੇਸਰੀ ਦਾ ਰੰਗ ਬਿਰਿਆਨੀ। ਇਹਦੇ ਵਿੱਚ ਕੀ ਕੀ ਮਸਾਲਾ ਪਾਇਆ ਹੁੰਦਾ? ਵੀ ਹੈਵ ਦ ਨੋਰਮਲ ਬੇਸਿਕ ਇੰਡੀਅਨ ਸਪਾਈਸਿਸ, 5 ਆਫ ਦੈਮ, ਵਿਚ ਆਰ ਨੋਰਮਲੀ ਦ ਕਾਰਡਮਨ ਕਲੋਵ, ਧਨੀਆ, ਜੀਰਾ, all this main spices we will definitely put it in. Okay. Black pepper, chaat masala. Eh biryani banon waste na kinna ka time lagda jive starting to end tak? 1 hour 1.5 hour ek biryani banon, ek batch biryani, ek batch biryani banon waste la royal darbar da biryani. Bolle, is it good? Ek burki dena sara kuch, you get all the flavor. Yes, bolle bolle, that is beautiful. Dosto, ਜੇ ਬਟਰ ਚਿਕਨ ਹੈ ਨੀਗਾ ਨਾ, ਦਿਲ ਨਹੀਂ ਲੱਗੂਗਾ, ਦਿਲ ਨਹੀਂ ਲੱਗਦਾ, ਜਿੱਥੇ ਵੀ ਜਾਵੇ ਬਟਰ ਚਿਕਨ ਜ਼ਰੂਰ ਹੋਣਾ ਚਾਹੀਦਾ। ਓਏ ਵੇਖ ਲਾ ਗ੍ਰੇਵੀ, ਓਏ ਹੋਏ ਹੋਏ ਹੋਏ, ਰਾਜੇ ਮਹਾਰਾਜਿਆਂ ਦਾ ਖਾਣ ਵਾਸਤੇ। ਸੋ ਹਾਊ ਇਜ਼ ਦ ਬਟਰ ਚਿਕਨ? ਟਮਾਟਰ ਦਾ ਸੌਸ ਦਾ ਟੇਸਟ ਵਧੀਆ ਭਾਜੀ, ਨਾਨ ਮੈਨੂੰ ਲੱਗਦਾ ਦਾਲ ਦੇ ਨਾਲ ਸਵਾਦ ਹੋਊਗਾ, ਜ਼ਿਆਦਾ ਸਵਾਦ ਹੋਜੂ। ਹਾਂਜੀ, ਇਹ ਹੈ ਰੋਇਲ ਦਰਬਾਰ ਦਾ ਦਾਲ ਤੜਕਾ। ਦਾਲ ਤੜਕਾ ਜਿਹੜਾ ਤੜਕਾ ਤੁਸੀਂ ਲਾਉਂਦੇ ਹੋ, ਹਾਂਜੀ, ਤੁਸੀਂ ਕੀ ਕਿਵੇਂ ਤਿਆਰ ਕਰਦੇ ਹੋ ਤੜਕਾ? ਵੀ ਵਿਲ ਨੋਰਮਲੀ ਜੀਰਾ ਐਂਡ ਆਲ ਦ 5 ਸਪਾਈਸਿਸ ਅਗੇਨ, ਐਂਡ ਦੈਨ ਗੰਡੇ, ਲਸਣ, ਅਦਰਕ, ਉਹਨਾਂ ਦਾ ਤੜਕਾ ਘਿਓ ਦੇ ਨਾਲ। ਹੁਣ ਦੋਸਤੋ, ਆਪਾਂ ਆਉਂਦੇ ਹਾਂ ਰੋਇਲ ਦਰਬਾਰ ਦੇ ਮਟਨ ਸੀਖ ਕਬਾਬ। ਮਟਨ ਸੀਖ ਕਬਾਬ, ਤੁਸੀਂ ਇਹ ਮਟਨ ਜਿਹੜਾ ਤੁਸੀਂ ਵਰਤਦੇ ਹੋ ਮਸਾਲਾ ਅਤੇ ਵਗੈਰਾ ਮਟਨ ਵਾਸਤੇ ਮੈਰੀਨੇਟ ਕਰਦੇ ਹਾਂ, ਇਹ ਮਸਾਲੇ ਤੁਸੀਂ ਕਿੱਥੋਂ ਲੈ ਕੇ ਆਉਂਦੇ? ਇਹ ਵੀ ਸੇਮ ਅਸੀਂ ਆਪੇ ਬਣਾਉਂਦੇ, ਬਿਕੋਜ਼ ਇਹਦੇ ਵਿੱਚ ਅਸੀਂ ਜ਼ਿਆਦਾ ਮਿਰਚ ਮਸਾਲਾ ਜ਼ਿਆਦਾ ਲਾਉਂਦੇ ਨੇ। ਵੀ ਯੂਜ਼ ਆਰ ਬੇਸਿਕ ਬਲੈਕ ਪੈਪਰ, ਚਿੱਲੀ ਪਾਊਡਰ ਐਂਡ ਗ੍ਰੀਨ ਚਿੱਲੀ, ਅਨੀਅਨ, ਟਮੈਟੋ, ਧਨੀਆ ਪਾਊਡਰ, ਫਰੈਸ਼ ਧਨੀਆ, ਜਿੰਜਰ ਗਾਰਲਿਕ ਪੇਸਟ, ਵਿਲ ਡੈਫਲੀ ਮਿਕਸ ਇਟ ਵਿਦ ਦੈਮ, ਦੈਨ ਵੀ ਆਰ ਮੈਰੀਨੇਟਿਡ ਵਿਦ ਯੋਗਟ, ਲਾਸਟ ਇਨਗਰੀਡੀਅੰਟ ਵਿਲ ਬੀ ਯੋਗਟ। ਓ, ਯੋਗਟ ਦੇ ਨਾਲ ਵੀ? ਯੈਸ। ਬੱਲੇ ਬੱਲੇ ਭਾਜੀ, ਬਿਰਿਆਨੀ
ਟੌਪ, ਮਟਨ ਸ਼ੀ ਕਬਾਬ ਟੌਪ, ਦਾਲ ਤੜਕਾ ਓਏ ਹੋਏ ਹੋਏ ਹੋਏ। ਇਹ ਗੁਲਾਬ ਜਾਮੁਨ ਮੈਨੂੰ ਇੱਕ ਗੱਲ ਦੱਸੋ ਭਾਜੀ, ਹਾਂਜੀ ਤੁਸੀਂ ਕਿਵੇਂ ਤਿਆਰ ਕਰਦੇ ਆ? ਕਿਉਂਕਿ ਮੈਂ ਕਦੀ ਵੇਖਿਆ ਨਹੀਂ ਉਹਦਾ ਪ੍ਰੋਸੈਸ ਤਿਆਰ ਕਰਨ ਵਾਸਤੇ। ਦੁੱਧ ਅਤੇ ਖੋਹਾ। ਦੁੱਧ ਅਤੇ ਖੋਹਾ? ਖੋਹਾ ਕੀ ਹੁੰਦਾ? ਖੋਹਾ ਉਹ ਹੁੰਦਾ ਹੈ ਜਿਹੜਾ ਵੈਨ ਯੂ ਬੋਇਲ ਦ ਮਿਲਕ ਐਂਡ ਇਟ ਰੀਲੀ ਬਿਕਮਸ ਥਿਕ, ਯੂ ਨੋ, ਸੋ ਵਾਂਸ ਇਟਸ ਰੀਲੀ ਇਨ ਟੂ ਅ ਥਿਕ ਦੋ, ਦੈਟ ਇਜ਼ ਖੋਹਾ। ਭਾਜੀ ਜੇ ਮੈਂ ਪੂਰਾ ਖਾਧਾ ਨਾ, ਮੈਂ ਤਾਂ ਸੌਣਾ ਹੀ ਨਹੀਂ ਗਾ ਅੱਜ, ਬਹੁਤ ਹੀ ਪੋਲਾ ਜੋ ਤੁਸੀਂ ਤਿਆਰ ਕੀਤਾ। ਓਏ ਹੋਏ ਹੋਏ ਭਾਜੀ, ਮਜ਼ਾ ਹੀ ਆ ਗਿਆ। ਇਹ ਸਾਡਾ ਸਪੈਸ਼ਲ ਸਟ੍ਰੋਬੈਰੀ ਲੱਸੀ। ਸਟ੍ਰੋਬੈਰੀ ਲੱਸੀ? ਯੈਸ, ਟਰਾਈ ਕਰੋ। ਬੱਲੇ ਬੱਲੇ ਭਾਜੀ, ਦਹੀਂ ਦਾ ਖੱਟਾ ਅਤੇ ਸਟ੍ਰੋਬੇਰੀ ਦਾ ਮਿੱਠਾ, ਓਏ ਹੋਏ ਹੋਏ। ਹਾਂਜੀ ਦੋਸਤੋ, ਤੋ ਇਹ ਇੱਕ ਖਾਸ ਚੀਜ਼ ਰੋਇਲ ਦਰਬਾਰ ਦੀ, ਵੀ ਇੱਥੇ ਖਾਣਾ ਜਿਹੜਾ ਵੀ ਤਿਆਰ ਕੀਤਾ ਜਾਂਦਾ ਨਾ, ਬੜੇ ਪਿਆਰ ਦੇ ਨਾਲ ਤਿਆਰ ਕੀਤਾ ਜਾਂਦਾ।